ਹੈਲੋ ਫਰੈਂਡਸ ਗਿਲਜ਼ 멘ਟਰ e-learning ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਰੈਡੀ ਹਾਂ ਆਪਣੀ ਸਟੈਟਿਕ ਕਲਾਸ ਦੇ ਨਾਲ ਸਟੈਟਿਕ ਕਲਾਸ ਜਿਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਆਪਣੀ ਇੰਪੋਰਟੈਂਟ ਸਟੈਟਿਕ ਕੁਐਸ਼ਨ ਜਿਨ੍ਹਾਂ ਨੂੰ ਜਿਨ੍ਹਾਂ ਦੇ ਵਿੱਚ ਆਪਾਂ ਡਿਸਕਸ ਕਰਦੇ ਹੁੰਦੇ ਆ ਚਾਹੇ ਕੋਈ ਕਿਸੇ ਵੀ ਤਰੀਕੇ ਦੇ ਐਗਜ਼ਾਮਸ ਕਿਉਂ ਨਾ ਹੋਣ ਹਰ ਇੱਕ ਗਵਰਨਮੈਂਟ ਐਗਜ਼ਾਮ ਦੇ ਲਈ ਸੈਸ਼ਨ ਇੰਪੋਰਟੈਂਟ ਰਹੇਗਾ ਕਿਉਂਕਿ ਸਟੈਟਿਕ ਪੋਰਸ਼ਨ ਹਰ ਇੱਕ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਸਟਾਰਟ ਕਰਾਂਗੇ ਸੈਸ਼ਨ ਸਭ ਤੋਂ ਪਹਿਲੇ ਸੈਸ਼ਨ ਨੂੰ ਸ਼ੇਅਰ ਕਰ ਦਿਓ ਜਿੱਥੇ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਜਿੱਥੇ ਵੀ ਤੁਸੀਂ ਆਪਣੇ ਫਰੈਂਡਸ ਦੇ ਨਾਲ ਜੁੜੇ ਹੋਏ ਹੋ ਕਾਈਂਡਲੀ ਸੈਸ਼ਨ ਨੂੰ ਸ਼ੇਅਰ ਕਰਨਾ ਸ਼ਟਾਰਟ ਕਰੋ ਚੈਨਲ ਨੂੰ ਫਰਸਟ ਟਾਈਮ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਫਰਸਟ ਕੁਐਸਚਨ ਸ਼ੁਰੂ ਕਰਦੇ ਹਾਂ ਤਾਂ ਦੀਨਦਿਆਲ ਪੋਰਟ ਦੀਨਦਿਆਲ ਪੋਰਟ ਟਰਸਟ ਕਿਸ ਸਟੇਟ ਦੇ ਵਿੱਚ ਹੈ ਦੀਨਦਿਆਲ ਪੋਰਟ ਟਰਸਟ ਕਿੱਥੇ ਲੋਕੇਟਿਡ ਹੈ ਤੇ ਇਹ ਲੋਕੇਟਿਡ ਹੈ ਗੁਜਰਾਤ ਦੇ ਵਿੱਚ ਬੇਸਿਕਲੀ ਜੋ ਕਾਂਦਲਾ ਪੋਰਟ ਕਾਂਦਲਾ ਪੋਰਟ ਸੁਣਿਆ ਹੋਏਗਾ ਤੁਸੀਂ कांडਲਾ ਪੋਰਟ ਜੋ ਕਿ ਗੁਜਰਾਤ ਦੇ ਵਿੱਚ ਹੈ ਇਸ ਦਾ ਨਾਮ ਚੇਂਜ ਕੀਤਾ ਗਿਆ ਸੀ ਦੀਨ ਦਿয়াল ਪੋਰਟ ਇਸ ਦਾ ਨਾਮ ਦੀਨ ਦਿয়াল ਪੋਰਟ ਰੱਖ ਦਿੱਤਾ ਗਿਆ ਸੀ ਕਿੱਥੇ ਹੈ ਗੁਜਰਾਤ ਦੇ ਵਿੱਚ ਬਾਕੀ অপਸ਼ਨਸ ਦੇ ਵਿੱਚ ਅਗਰ ਅਸੀਂ ਗੱਲ ਕਰਦੇ ਹਾਂ ਤਾਂ ਮਹਾਰਾਸ਼ਟਰ ਦੇ ਵਿੱਚ ਜਵਾਹਰ ਲਾਲ ਨਹਿਰੂ ਪੋਰਟ ਹੈ ਕਾਫੀ ਇੰਪੋਰਟੈਂਟ ਹੈ ਕੇਰਲਾ ਦੇ ਵਿੱਚ ਕੋਚੀ ਪੋਰਟ ਹੈ ਆਂਧਰਾ ਪ੍ਰਦੇਸ਼ ਦੇ ਵਿੱਚ ਵਿਸ਼ਾਖਾਪਟਨਮ ਪੋਰਟ ਹੈ ਡਾਇਰੈਕਟਲੀ ਕੁਐਸਚਨਸ ਇੱਥੋਂ ਪੁੱਛੇ ਜਾਂਦੇ ਹਨ ਰਿਹਾਂਡ ਡੈਮ ਰਿਹਾਂਡ ਡੈਮ ਕਿਸ ਭਾਰਤੀ ਰਾਜ ਵਿੱਚ ਹੈ ਰਿਹਾਂਡ ਡੈਮ ਲੋਕੇਟਡ ਹੈ ਯੂਪੀ ਦੇ ਵਿੱਚ ਰਿਹਾਂਡ ਡੈਮ ਕਿੱਥੇ ਲੋਕੇਟਡ ਹੈ ਤਾਂ ਰਿਹਾਂਡ ਡੈਮ ਯੂਪੀ ਦੇ ਵਿੱਚ ਲੋਕੇਟਡ ਹੈ ਸੋਨ ਰਿਵਰ ਦੇ ਉੱਤੇ ਉੱਤਰਾਖੰਡ ਉੱਤਰਾਖੰਡ ਦੇ ਵਿੱਚ ਆਪਾਂ ਨੇ ਡਿਸਕਸ ਕੀਤਾ ਸੀ ਤੇਹਰੀ ਡੈਮ ਤੇਹਰੀ ਡੈਮ ਉੱਤਰਾਖੰਡ ਦੇ ਵਿੱਚ ਭਾਗੀ ਨਹੀਂ ਰਿਵਰ ਦੇ ਉੱਤੇ ਕਾਫੀ ਇੰਪੋਰਟੈਂਟ ਹੈ ਤੇਲੰਗਾਨਾ ਤੇਲੰਗਾਨਾ ਦੇ ਵਿੱਚ ਅਗਰ ਆਪਾਂ ਗੱਲ ਕਰਦੇ ਹਾਂ ਕੌਨਿਆਂ ਟਿਲ ਅਸ਼ਾ ਤੇ ਸੌਰੀ ਕੌਨਿਆਂ ਨਹੀਂ ਕੌਨਿਆਂ ਮਹਾਰਾਸ਼ਟਰ ਦੇ ਵਿੱਚ ਹੈ ਤੇਲੰਗਾਨਾ ਦੇ ਅਗਰ ਆਪਾਂ ਗੱਲ ਕਰਦੇ ਹਾਂ ਤੇਲੰਗਾਨਾ ਦੇ ਵਿੱਚ ਆਪਾਂ ਡਿਸਕਸ ਕਰ ਚੁੱਕੇ ਹਾਂ ਨਾਗਰਜੂਨ ਸਾਗਰ ਡੈਮ ਨਾਗਰਜੂਨ ਸਾਗਰ ਡੈਮ ਡਾਇਰੈਕਟਲੀ ਪੁੱਛਿਆ ਜਾਂਦਾ ਹੈ ਯਾਦ ਰੱਖਾਂਗੇ ਤੇਲੰਗਾਨਾ ਔਰ ਅਰੁਣਾਚਲ ਪ੍ਰਦੇਸ਼ ਦੇ ਬਾਰਡਰ ਦੇ ਉੱਤੇ ਹੈ ਕ੍ਰਿਸ਼ਨਾ ਰਿਵਰ ਦੇ ਉੱਤੇ ਮਹਾਰਾਸ਼ਟਰ ਦੇ ਵਿੱਚ ਤੰਸਾ ਡੈਮ ਹੈ ਤੰਸਾ ਰਿਵਰ ਦੇ ਉੱਤੇ ਕੋਨਿਆ ਡੈਮ ਹੈ ਗਿਰਨਾ ਡੈਮ ਗਿਰਨਾ ਡੈਮ ਕਈ ਵਾਰ ਪੁੱਛਿਆ ਗਿਆ ਯਾਦ ਰੱਖਾਂਗੇ ਮਹਾਰਾਸ਼ਟਰ ਦੇ ਵਿੱਚ ਬ੍ਰਾਜ਼ੀਲ ਬ੍ਰਾਜ਼ੀਲ ਦੀ ਮੁਦਰਾ ਕੀ ਹੈ ਕੈਪੀਟਲ ਕੀ ਹੈ ਬ੍ਰਾਜ਼ੀਲ ਦੀ ਮੁਦਰਾ ਯਾਨੀ ਕਿ ਕਰੰਸੀ ਰੀਅਲ ਬ੍ਰਾਜ਼ੀਲ ਕੈਪੀਟਲ ਬ੍ਰਾਜ਼ੀਲੀਆ ਬ੍ਰਾਜ਼ੀਲ कैपिटल ब्राजीलिया करंसीयल चल रही है, है। बीजू पटनायक अंतरराष्ट्रीय हवाई अड्डा किस शहर स्थित है बीजू पटनायक अंतरराष्ट्रीय एयरपोर्ट बीजू पटनायक अंतरराष्ट्रीय एयरपोर्ट इंटरनेशनल एयरपोर्ट कितने लोकेटड है भुवनेश्वर के भुवनेश्वर के उड़ीसा उड़ीसा भुवनेश्वर के लोकेटेड है बीजू पटनायक इंटरैशनल एयरपोर्ट मैंगलोरोर मैंगलोर एयरपोर्ट है डोमैसटिक एयरपोर्ट है बैंगलोर बैगलोर कैमपेगोड़ा इंटरनेशनल एयरपोर्ट है कैपेगौड़ा इंटरनेशनल एयरपोर्ट बैंगलोर गुवाहाटी के एयरपोर्ट एयरपोर्ट्रिय गोपीनाथ बोरदोलोए एयरपोर्ट गुवाहाटी ਕਾਲੀ ਘਾਟ ਮੰਦਿਰ ਕਾਲੀ ਘਾਟ ਮੰਦਿਰ ਕਿੱਥੇ ਲੋਕੇਟਡ ਹੈ ਤਾਂ ਕਾਲੀ ਘਾਟ ਮੰਦਿਰ ਵੈਸਟ ਬੰਗਾਲ ਦੇ ਵਿੱਚ ਕਾਲੀ ਘਾਟ ਮੰਦਿਰ ਵੈਸਟ ਬੰਗਾਲ ਦੇ ਵਿੱਚ ਲੋਕੇਟਡ ਹੈ ਠੀਕ ਹੈ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰਦੇ ਹਾਂ ਫੋਰ ਐਗਜ਼ਾਮਪਲ ਐਮ ਪੀ ਦੀ ਤਾਂ ਐਮ ਪੀ ਦੇ ਵਿੱਚ ਪੁੱਛਿਆ ਜਾਂਦਾ ਹੈ ਖਾਜੂਰਾਹੋ ਟੈਂਪਲਸ ਠੀਕ ਹੈ ਮਹਾਰਾਸ਼ਟਰ ਦੇ ਵਿੱਚ ਪੁੱਛਲੇ ਜਾਂਦੇ ਨੇ ਡੀਫਨ ਡਿਫਨ ਟੈਂਪਲਸ ਪੁੱਛਲੇ ਜਾਂਦੇ ਨੇ ਮਹਾਰਾਸ਼ਟਰ ਦੇ ਵਿੱਚ ਫੋਰ ਐਗਜ਼ਾਮਪਲ ਸਿੱਧੀ ਵਿਨੈਕ ਟੈਂਪਲ ਹੈ ਠੀਕ ਹੈ ਆਂਧਰਾ ਪ੍ਰਦੇਸ਼ ਦੀ ਗੱਲ ਕਰਦੇ ਆ ਤਾਂ ਸ੍ਰੀ ਸਾਇਲਮ ਸ੍ਰੀ ਸਾਇਲਮ ਪੁੱਛਿਆ ਜਾਂਦਾ ਹੈ ਤੀਰੂਪਤੀ ਪੁੱਛਿਆ ਜਾਂਦਾ ਹੈ ਤੀਰੂਪਤੀ ਇਸ ਤੋਂ ਇਲਾਵਾ ਵੈਂਕਟੇਸ਼ਵਰਾ ਟੈਂਪਲ ਪੁੱਛਿਆ ਜਾਂਦਾ ਹੈ ਤਾਂ ਆਂਧਰਾ ਪ੍ਰਦੇਸ਼ ਦੇ ਵਿੱਚ ਹੈ ਠੀਕ ਹੈ ਨਾਲੰਦਾ ਨਾਲੰਦਾ ਮਹਾਵੀਰ ਦਾ ਪੁਰਾਤੱਤਵ ਸਥਾਨ ਆਰਕੀਓਲੋਜੀਕਲ ਸਾਈਟਸ ਦੀ ਗੱਲ ਕਰਦੇ ਆਂ ਕੁਝ ਪੁਰਾਣੀ ਆਰਕੀਓਲੋਜੀਕਲ ਸਾਈਟਸ ਦੇ ਵਿੱਚੋਂ ਨਾਲੰਦਾ ਨਾਲੰਦਾ ਮਹਾਵੀਹਾਰ ਨਾਲੰਦਾ ਮਹਾਵੀਹਾਰ ਪੁਰਾਤੱਤਵ ਸਥਾਨ ਆਰਕੀਓਲੋਜੀਕਲ ਸਾਈਟ ਕਿੱਥੇ ਲੋਕੇਟਡ ਹੈ ਤਾਂ ਨਾਲੰਦਾ ਲੋਕੇਟਡ ਹੈ ਬਿਹਾਰ ਦੇ ਵਿੱਚ ਨਾਲੰਦਾ ਲੋਕੇਟਡ ਹੈ ਬਿਹਾਰ ਦੇ ਵਿੱਚ ਠੀਕ ਹੈ ਜੀ ਇਸ ਤੋਂ ਇਲਾਵਾ ਅਗਰ ਗੱਲ ਕਰਦੇ ਆਂ ਐਮਪੀ ਦੇ ਵਿੱਚ ਖਾਜੂਰਾਹੋ ਟੈਂਪਲਸ ਹੋ ਗਿਆ ਐਮਪੀ ਦੇ ਵਿੱਚ ਠੀਕ ਹੈ ਸਾਂਚੀ ਸਟੂਪਾ ਹੋ ਗਿਆ ਪੁੱਛਿਆ ਜਾਂਦਾ ਹੈ ਯਾ ਰੱਖਾਂਗੇ ਮਹਾਰਾਸ਼ਟਰ ਮਹਾਰਾਸ਼ਟਰ ਦੀ ਗੱਲ ਕਰਦੇ ਆ ਅਜੰਤਾ ਕੇਵਸ ਐਲੋਰਾ ਕੇਵਸ ਇਹ ਪੁੱਛਿਆ ਜਾਂਦੀਆਂ ਨੇ ਤਾਂ ਬਿਹਾਰ ਮਹਾਰਾਸ਼ਟਰ ਦੇ ਵਿੱਚ ਨੇ ਅਸਮ ਅਸਮ ਦੇ ਵਿੱਚ ਕਮੱਖਿਆ ਟੈਂਪਲ ਪੁੱਛਿਆ ਜਾਂਦਾ ਹੈ ਗੁਲਾਬੀ ਇਨਕਲਾਬ ਗੁਲਾਬੀ ਇਨਕਲਾਬ ਯਾਨੀ ਕਿ ਕਹਾਂਗੇ ਪਿੰਕ ਰੈਵਲੂਸ਼ਨ ਪਿੰਕ ਰੈਵਲੂਸ਼ਨ पिंक रेवोल्यूशन अगर आपने तो पूछा जावे यह किस दे नाल संबंधित है तो पिंक रेवोल्यूशन संबंधित है सेकंड ऑप्शन फार्मास्यूटिकल प्रोडक्शन फार्मास्यूटिकल मेडिसिन होती है जड़ी फार्मास्यूटिकल्स इज देन नाल संबंधित है पिंक रेवोल्यूशन आलू रेवोल्यूशन दी अगर आप अपन सॉरी आलू उत्पादन यानी कि पोटैटो प्रोडक्शन दी गल करदे हैं ता राउंड रेवोल्यूशन डिस्कस की थी राउंड रेवोल्यूशन बागबानी के लिए अगर आप गल करते हैं तो आप डिस्कस की बागबानी के लिए अपने डिस्कस की गोल्डन गोल्डन रेवोल्यूशन नैक्सट स्टेट बर्ड ऑफ बिहार बिहार का स्टेट पक्षी ਸਟੇਟ ਬਰਡ ਆਫ ਬਿਹਾਰ ਦੀ ਅਗਰ ਆਪਾਂ ਗੱਲ ਕਰਦੇ ਆ ਫਰਸਟ ਆਪਸ਼ਨ ਹਾਊਸ ਪੈਰ ਹਾਊਸ ਸਪੈਰ ਬਾਕੀ ਆਪਸ਼ਨਸ ਇੰਪੋਰਟੈਂਟ ਰਹਿਣਗੇ ਤਾਂ ਬਾਕੀ ਆਪਸ਼ਨਸ ਦੇ ਵਿੱਚ ਹੈ ਚਿੱਟੇ ਖੰਭ ਵਾਲਾ ਬੱਤਕ ਯਾਨੀ ਕਿ ਵਾਈਟ ਫੈਦਰ ਡਕ ਵਾਈਟ ਫੈਦਰ ਡਕ ਇਹ ਕਿਸ ਸਟੇਟ ਦਾ ਸਟੇਟ ਬਰਡ ਹੈ ਇਹ ਹੈ ਅਸੰਧ ਅਸੰਧ ਦਾ ਸਟੇਟ ਬर्ड ਵਾਈਟ ਫੈਡਡ ਫੈਦਰਡ ਡਕ ਹਿਲ ਮਾਇਨਾ ਹਿਲ ਮਾਇਨਾ ਛਤੀਸਗੜ ਮੇਘਾਲ ਛਤੀਸਗੜ اور ਮੇਘਾਲਿਆ ਦਾ ਸਟੇਟ ਬर्ड ਹੈ ਜੋ ਇਹ ਕੀ ਹੈ ਹਿਲ ਮਾਇਨਾ ਠੀਕ ਹੈ ਫਲੇਮਿੰਗੋ ਫਲੇਮਿੰਗੋ ਬर्ड ਫੈਸਟੀਵਲ ਵੀ ਪਰਫਾਰਮ ਕੀਤਾ ਜਾਂਦਾ ਹੈ ਇਸੇ ਕਰਕੇ ਫਲੇਮਿੰਗੋ ਬर्ड ਵੀ ਹੈ ਜੋ ਕਿੱਥੇ ਹੈ ਗੁਜਰਾਤ ਦੇ ਵਿੱਚ ਬੇਸਿਕਲੀ ਫਲੇਮਿੰਗੋ ਕੀ ਹੈ ਇੱਕ ਮਾਈਗਰੇਟਰੀ ਬਰਡ ਸਪੀਸੀਜ਼ ਹੈ ਜੋ ਕਿ ਗੁਜਰਾਤ ਦੇ ਵਿੱਚ ਦੇਖੀ ਜਾਂਦੀ ਹੈ ਇਸ ਕਰਕੇ ਗੁਜਰਾਤ ਦਾ ਸਟੇਟ ਬਰਡ ਫਲੇਮਿੰਗੋ ਹੈ ਔਰ ਫਲੇਮਿੰਗੋ ਫੈਸਟੀਵਲ ਵੀ ਪਰਫਾਰਮ ਕੀਤਾ ਜਾਂਦਾ ਹੈ ਨੈਕਸਟ ਹੈ ਭਾਰਤੀ ਲੋਕ ਨਾਚ ਕਾਰਾ ਕਟਮ ਕਾਰਾ ਕਟਮ ਦੀ ਸ਼ੁਰੂਆਤ ਕਿਸ ਸਟੇਟ ਦੇ ਵਿੱਚ ਹੋਈ ਸੀ ਤਾਂ ਕਾਰਾ ਕਟਮ ਦੀ ਸ਼ੁਰੂਆਤ ਹੋਈ ਸੀ ਤਾਮਿਲਨਾਡੂ ਦੇ ਵਿੱਚ ਇੱਕ ਫੋਕ ਡਾਂਸ ਹੈ ਕਾਰਕਟਮ ਕਾਰਕਟਮ ਦੀ ਸ਼ੁਰੂਆਤ ਕਿਸ ਸਟੇਟ ਦੇ ਵਿੱਚ ਕੀਤੀ ਗਈ ਤਾਂ ਤਾਮਿਲਨਾਡੂ ਦੇ ਵਿੱਚ ਬਾਕੀ ਆਪਸ਼ਨਸ ਇੰਪੋਰਟੈਂਟ ਰਹਿਣਗੇ ਓਡੀਸ਼ਾ ਦੇ ਵਿੱਚ ਆਪਾਂ ਡਿਸਕਸ ਕਰ ਚੁੱਕੇ ਹਾਂ ਓਡੀਸ਼ਾ ਦੇ ਵਿੱਚ ਘੁਮਾਰ ਡਾਂਸ ਫਾਰਮ ਔਰ ਬਾਗ ਡਾਂਸ ਫਾਰਮ ਘੁਮਾਰ ਔਰ ਬਾਗ ਡਾਂਸ ਫਾਰਮ ਓਡੀਸ਼ਾ ਕੇਰਲਾ ਕੇਰਲਾ ਦੇ ਵਿੱਚ ਕਥਕਲੀ ਕਥਕ ਕਲੀ ਡਾਂਸ ਫਾਰਮ ਮੋਹਿਨੀ ਅਟਮ ਡਾਂਸ ਫਾਰਮ ਇਸ ਤੋਂ ਇਲਾਵਾ ਅਗਰ ਗੱਲ ਕਰਦੇ ਹਾਂ ਡਫ ਮੂਟੂ ਡਫ ਮੂਟੂ ਡਾਂਸ ਫਾਰਮ ਵੀ ਕੇਰਲਾ ਦੇ ਵਿੱਚ आंध्र प्रदेश आंध्र प्रदेश कूचीपुड़ी हो गया बोमालू हो गया क्वेश्चन आंध्र प्रदेश तमिलनाडु, तमिलनाडु कूचीपुरी भारतनाट्यम भारत नाट्यम घुम्मी कालंदी, का डांस स्नेक डांस किफॉर्म किया जाता है तमिलनाडु नेक्स्ट नैक्सट ਯੁਵਾ ਮੰਤਰਾਲੇ ਔਰ ਖੇਡ ਮੰਤਰਾਲੇ ਦਾ ਮੌਜੂਦਾ ਮੰਤਰੀ ਕਿਰਨ ਰਿਜੀਜੂ ਸਪੋਰਟਸ ਮਿਨਿਸਟਰ ਸਪੋਰਟਸ ਮਿਨਿਸਟਰ ਸਪੋਰਟਸ ਐਂਡ ਯੂਥ ਮਿਨਿਸਟਰ ਦੀ ਅਗਰ ਆਪਾਂ ਗੱਲ ਕਰਦੇ ਆ ਤਾਂ ਕਿਰਨ ਰਿਜੀਜੂ ਨੇ ਅਰੁਣਾਚਲ ਵੈਸਟ ਤੋਂ ਅਰੁਣਾਚਲ ਵੈਸਟ ਤੋਂ ਲੋਕ ਸਭਾ ਐਮਪੀ ਨੇ ਸ਼੍ਰੀਪਦ ਯਸੋ ਨਾਇਕ ਸ਼੍ਰੀਪਦ ਯਸੋ ਨਾਇਕ ਦੀ ਅਗਰ ਆਪਾਂ ਗੱਲ ਕਰੀਏ ਤੇ ਸ਼੍ਰੀਪਦ ਯਸੋ ਨਾਇਕ ਲਵੇ ਆਯੂਸ਼ ਮਿਨਿਸਟਰੀ ਹੁੰਦੀ ਸੀ ਆਯੂਸ਼ ਮਿਨਿਸਟਰੀ ਹੁੰਦੀ ਸੀ ਬੇਸਿਕਲੀ ਇਹਨਾਂ ਦਾ ਐਕਸੀਡੈਂਟ ਹੋਇਆ ਇਹਨਾਂ ਦੇ ਐਕਸੀਡੈਂਟ ਤੋਂ ਬਾਅਦ ਇਹਨਾਂ ਦੀ ਜਿਹੜੀ ਮਿਨਿਸਟਰੀ ਆਯੂਸ਼ ਮਿਨਿਸਟਰੀ ਹੈ ਕੁਝ ਟਾਈਮ ਦੇ ਲਈ ਕਿਨਾਂ ਨੂੰ ਦਿੱਤੀ ਗਈ ਹੈ ਇਹ ਦਿੱਤੀ ਗਈ ਹੈ ਕਿਰਨ ਦੀਜੀ ਜੂ ਠੀਕ ਹੈ ਨਾਰਥ ਗੋਆ ਤੋਂ ਲੋਕ ਸਭਾ ਐਮਪੀ ਪਹਿਲਾਦ ਸਿੰਘ ਪਟੇਲ ਪਹਿਲਾਦ ਸਿੰਘ ਪਟੇਲ ਨਵੇਂ ਕਲਚਰ ਮਿਨਿਸਟਰੀ ਹੈ ਟੂਰਿਜ਼ਮ ਮਿਨਿਸਟਰੀ ਹੈ ਦਾਮੋ ਦਾਮੋ ਮੱਧ ਪ੍ਰਦੇਸ਼ ਤੋਂ ਲੋਕ ਸਭਾ ਐਮਪੀ हरदीप सिंह पुरी हरदीप सिंह पुरी की अगर आप गल करते हैं तो हरदीप सिंह पुरी तो इंपोर्टेंट मिनिस्ट्री याद रखा सिविल एविएशन मिनिस्ट्री दूसरी हाउसिंग एंड अरबन एविएशन मिनिस्ट्री हाउसिंग एंड अरबन अफेयर्स मिनिस्ट्री सिविल एविएशन मिनिस्ट्री राज्यसभा एमपी उत्तर प्रदेश तो ने राज्यसभा एम उत्तर प्रदेश केरला के मौजूदा मुख्यमंत्री केरला के मौजूदा चीफ मिनिस्टर कौन ने तो केरला के चीफ मिनिस्टर पिनाराय विजयन पिनाराय विजयन केरला के चीफ मिनिस्टर ने केरला चीफ मिनिस्टर पिनाराय विजयन गवर्नर आरिफ मोहम्मद खान आरिफ मोहम्मद खान जयराम ठाकुर जयराम ठाकुर की गल करते हैं था। तो जयराम ठाकुर हिमाचल प्रदेश के चीफ मिनिस्टर ने नवीन पटनायक नवीन पटनायक ओडिसा दे चीफ मिनिस्टर ने और चंद्र शेखर राव चंद्र शेखर राव तेलंगाना तेलंगाना दे चीफ मिनिस्टर ने रिसेंटली तेलंगाना न्यूज़ अवेसी क्योंकि पुडुचेरी पुडुचेरी दे लेफ्टनेंट गवर्नर दा रेजिग्नेशन होया किरण लिजु ने किरण बेदी किरण बेदी ने रेजिग्नेशन ਦਿੱਤਾ ਉਸ ਤੋਂ ਬਾਅਦ तेलंगाना दे तेलंगाना दे తమిళాయ ਸੋਨਦਰਾਜਨ ਨੂੰ ਐਡੀਸ਼ਨਲ ਚਾਰਜ ਦਿੱਤਾ ਗਿਆ तेलंगाना गवर्नर तमिलाई ਸੋਨ ਡਰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਇੰਦਰਾ ਗਾਂਧੀ ਅੰਤਰਰਾਸ਼ਟਰੀ 에어ਪੋਰਟ ਕਿੱਥੇ ਲੋਕੇਟਡ ਹੈ ਤਾਂ ਇਹ ਦਿੱਲੀ ਦੇ ਵਿੱਚ ਲੋਕੇਟਡ ਹੈ ਠੀਕ ਹੈ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ 에어ਪੋਰਟ ਹੈ ਦਿੱਲੀ ਦੇ ਵਿੱਚ ਹੈ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਅਹਮਦਾਬਾਦ ਅਹਮਦਾਬਾਦ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਅਹਮਦਾਬਾਦ ਦੇ ਵਿੱਚ 에어ਪੋਰਟ केड़ा है सरदार वलभ भाई एयरपोर्ट वडोदरा वडोदरा एयरपोर्ट है डोमेस्टिक एयरपोर्ट नेक्स्ट चौधरी बंसी लाल क्रिकेट स्टेडियम चौधरी बंसी लाल क्रिकेट स्टेडियम किस स्टेट के यही है हरियाणा के चौधरी बंसी लाल क्रिकेट स्टेडियम कितने है हरियाणा ठीक है इसके अलावा तो पंजाब मोहाली स्टेडियम आप डिस्कस कर चुके हैं राजस्थान की गल करते हैं तो बर बरखता कोला बरखताथुला जो स्टेडियम है बखतुला खान स्टेडियम राजस्थान इसवाई मान सिंह स्टेडियम सवाई मान सिंह स्टेडियम भी राजस्थान हिमाचल प्रदेश एच पीसीए हिमाचल प्रदेश क्रिकेट एसोसिएशन स्टेडियम काफी इंपोर्टेंट स्टेडियम है हिमाचल प्रदेश मिस्र मिस्री राजधानी की है मिस्र कैपिटल मिस्र यानी कि इजिप्ट इजिप्ट कंट्री मिस्र किया जाता है तो की राजधानी कायरो कायरो कैपिटल कायरो है और करंसी पाउंड चल ठीक है जी बमाको बमाको माली माली कैपिटल बमाको करंसी फ्रेंच चल दिए माडागासकर कैपिटल एंटानिवो माडागास्कर कैपिटल एंटानारीवो एंटानारी करंसी एरियारी चल दिए पेरू कैपिटल लीमा पेरू कैपिटल लीमा करंसी सोल चल पेरू कैपिटल लीमा करंसी सोल चल ਨੈਕਸਟ ਨਾਰਡਿਕ ਨਾਰਡਿਕ ਇਨਵੈਸਟਮੈਂਟ ਬੈਂਕ ਨਾਰਡਿਕ ਇਨਵੈਸਟਮੈਂਟ ਬੈਂਕ ਦਾ ਹੈੱਡਕੁਆਟਰ ਕਿੱਥੇ ਹੈ ਤਾਂ ਨਾਰਡਿਕ ਇਨਵੈਸਟਮੈਂਟ ਬੈਂਕ ਦਾ ਹੈੱਡਕੁਆਟਰ ਲੋਕੇਟਡ ਹੈ ਹੈਲਸਿੰਕੀ ਫਿਨਲੈਂਡ ਦੇ ਵਿੱਚ ਹੈਲਸਿੰਕੀ ਫਿਨਲੈਂਡ ਦੇ ਵਿੱਚ ਹੈੱਡਕੁਆਟਰ ਹੈ ਨਾਰਡਿਕ ਇੰਟਰਨੈਸ਼ਨਲ ਬੈਂਕ ਦਾ ਹੈੱਡਕੁਆਟਰ ਠੀਕ ਹੈ ਇਸ ਤੋਂ ਇਲਾਵਾ ਅਗਰ ਕਲ ਕਰਦੇ ਹਾਂ ਮੈਟਰੋ ਮਨੀਲਾ ਫਿਲੀਪੀਨਸ ਦੇ ਵਿੱਚ ਏਡੀਬੀ ਦਾ ਹੈੱਡਕੁਆਰਟਰ ਹੈ ਏਸ਼ੀਅਨ ਡਿਵੈਲਪਮੈਂਟ ਬੈਂਕ ਰੋਮ ਇਟਲੀ ਦੇ ਵਿੱਚ ਵਰਲਡ ਫੂਡ ਪ੍ਰੋਗਰਾਮ ਦਾ ਹੈੱਡਕੁਆਰਟਰ ਹੈ ਇਸ ਤੋਂ ਇਲਾਵਾ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਦਾ ਹੈੱਡਕੁਆਰਟਰ ਵੀ ਰੋਮ ਇਟਲੀ ਦੇ ਵਿੱਚ ਹੈ ਵਰਲਡ ਫੂਡ ਪ੍ਰੋਗਰਾਮ ਨੂੰ ਰੀਸੈਂਟਲੀ ਨੋਬਲ ਪੀਸ ਪ੍ਰਾਈਜ਼ ਦਿੱਤਾ ਗਿਆ ਸੀ ਇੰਪੋਰਟੈਂਟ ਰਹੇਗਾ ਨੋਬਲ ਪੀਸ ਪ੍ਰਾਈਜ਼ ਦੇ ਲਈ ਗਰੇਟਾ ਥਨਬਰਗ ਨੂੰ ਵੀ ਨਾਮਿਨੇਟ ਕੀਤਾ ਗਿਆ ਸੀ 2020 ਦੇ ਵਿੱਚ 2021 ਦੇ ਲਈ ਵੀ ਗਰੇਟਾ ਥਨਬਰਗ ਨੂੰ ਨਾਮਿਨੇਟ ਕੀਤਾ जा चुके मोस्को मोस्को रशिया कैपिटल है याद रखा इंपोर्टेंट रहेगी नेक्स्ट है इंटरनेशनल डे ऑफ पार्लियामेंटरीजम इंटरनेशनल डे ऑफ पार्लियामेंटरीजम इसका हैडकुआर कि सॉरी यह दिन कदों ओबरव किया जाए तो हर साल इस दिन ती जून थर्टीए जून नबजरव किया जाए इंटरनेशनल डे ऑफ पार्लियामेंटरीजम 30th ਜੂਨ ਨੂੰ ਅਬਜ਼ਰਵ ਕੀਤਾ ਜਾਂਦਾ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਇੰਟਰਨੈਸ਼ਨਲ ਪਾਰਲੀਮੈਂਟਰੀ ਆਰਗੇਨਾਈਜੇਸ਼ਨ ਆਪੀਓ ਯਾਦ ਰੱਖਾਂਗੇ ਇੰਟਰਨੈਸ਼ਨਲ ਪਾਰਲੀਮੈਂਟਰੀ ਯੂਨੀਅਨ ਸੋਰੀ ਆਪੀਯੂ ਹੈੱਡਕੁਆਟਰ ਜਨੇਵਾ ਦੇ ਵਿੱਚ ਹੈ ਇੰਪੋਰਟੰਟ ਰਹੇਗਾ ਮਹਾਬਲੀਪੁਰਮ ਮਹਾਬਲੀਪੁਰਮ ਸਮਾਰਕਾ ਦਾ ਸਮੂਹ ਕਿਸ ਸਟੇਟ ਦੇ ਵਿੱਚ ਹੈ ਮਹਾਬਲੀਪੁਰਮ ਸਮਾਰਕ ਯਾਨੀ ਕਿ ਮੋਨੂਮੈਂਟਸ ਆਫ ਮਹਾਬਲੀਪੁਰਮ ਮਹਾਬਲੀਪੁਰਮ ਟੈਂਪਲ ਐ ਇਸ ਤੋਂ ਇਲਾਵਾ ਡਿਫਰੈਂਟ ਡਿਫਰੈਂਟ ਮੋਨੂਮੈਂਟਸ ਨੇ ਇਹ ਕਿ ਇਸ ਸਟੇਟ ਦੇ ਵਿੱਚ ਨੇ ਤਾਂ ਇਹ ਡਾਇਰੈਕਟਲੀ ਯਾਦ ਰੱਖਾਂਗੇ ਤਾਮਿਲਨਾਡੂ ਦੇ ਵਿੱਚ ਨੇ ਮਹਾਬਲੀਪੁਰਮ ਕਿੱਥੇ ਹੈ ਤਾਮਿਲਨਾਡੂ ਦੇ ਵਿੱਚ ਠੀਕ ਹੈ ਜੀ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਹੋਰ ਕੀ ਕੀ ਪੁੱਛਿਆ ਜਾ ਸਕਦਾ ਹੈ ਕੇਰਲਾ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਸਤਬਰੀਮਾਲਾ ਟੈਂਪਲ ਆਪਾਂ ਡਿਸਕਸ ਕਰ ਚੁੱਕੇ ਹਾਂ ਠੀਕ ਹੈ ਕੇਰਲਾ ਦੇ ਵਿੱਚ इस तु तो अलावा डिफरेंट डिफरेंट टैंपल्स होर पूछे जा सकते हैं फॉर एग्जाम्पल आप डकस अगर गल करिए महाबोलीपुरम टैंपल डिस्कस किया तमिलनाडु के बृदेश्वर टैंपल बृदेश्वर टैंपल डिस्कस किया तमिलनाडु के ठीक है साबरीमाला टेंपल पूछा जा सकता है केरला के रखा अर्जेंटीना दी मुद्रा की है अर्जेंटीना अर्जेंटीना कैपिटल और करेंसी अर्जेंटीना कैपिटल ब्यूनो एयर्स अर्जेंटीना कैपिटल ब्यूनो एयर्स है करेंसी यथी की चलती है पेसो अर्जेंटीना कैपिटल पेसो अर्जेंटीना तो नाम याद रखेंगे लियोनेल मेसी का नाम इंपॉर्टेंट रहेगा किस स्टेट ਦੇ ਵਿੱਚ ਫੁਗੜੀ ਫੁਗੜੀ ਲੋਕ ਡਾਂਸ ਪਰਫਾਰਮ ਕੀਤਾ ਜਾਂਦਾ ਹੈ ਫੁਗੜੀ ਲੋਕ ਡਾਂਸ ਕਿਸ ਸਟੇਟ ਦੇ ਵਿੱਚ ਪਰਫਾਰਮ ਕੀਤਾ ਜਾਂਦਾ ਹੈ ਤਾਂ ਫੁਗੜੀ ਲੋਕ ਡਾਂਸ ਪਰਫਾਰਮ ਕੀਤਾ ਜਾਂਦਾ ਹੈ ਗੋਆ ਦੇ ਵਿੱਚ ਠੀਕ ਹੈ ਡਿਫਰੈਂਟ ਡਿਫਰੈਂਟ ਸਟੇਟਸ ਦੇ ਫੋਗ ਡਾਂਸ ਇਸ ਰੈਕਲੀ ਇੰਪੋਰਟੈਂਟ ਬਣਦੇ ਨੇ ਫੋਰ ਐਗਜ਼ਾਮਪਲ ਗੋਆ ਦੇ ਵਿੱਚ ਫੁਗੜੀ ਡਾਂਸ ਫਾਰਮ ਇਸ ਤੋਂ ਇਲਾਵਾ ਤਰੰਗ ਮੂਲ ਤਰੰਗ ਮੂਲ ਕਈ ਐਗਜ਼ਾਮਸ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ ਤਰੰਗ ਮੂਲ ਇਸ ਤੋਂ ਇਲਾਵਾ ਮੋਦਨੀ ਮੋਦਨੀ ਡਾਂਸ ਫਾਰਮ ਪੁੱਛਿਆ ਜਾ ਸਕਿਆ ਕੋਲੀ ਡਾਂਸ ਫਾਰਮ ਪੁੱਛਿਆ ਜਾ ਸਕਿਆ ਬੋਵਾ ਦਾ ਕਰ ਕਰਨਾਟਕਾ ਦੀ ਗੱਲ ਕਰਦੇ ਹਾਂ ਯਕਸ਼ ਗਣ ਡਾਂਸ ਫਾਰਮ ਸੂਗੀ ਡਾਂਸ ਫਾਰਮ ਕਾਰਗਾ ਡਾਂਸ ਫਾਰਮ ਯਕਸ਼ ਗਣ ਸੂਗੀ ਔਰ ਕਾਰਗਾ ਡਾਂਸ ਫਾਰਮ ਕਰਨਾਟਕਾ ਦੇ ਵਿੱਚ ਠੀਕ ਹੈ ਇਸ ਤੋਂ ਇਲਾਵਾ ਕੇਰਲਾ ਕੇਰਲਾ ਦੇ ਵਿੱਚ ਡਫ ਮੂਟੂ ਹੁਣੇ ਡਿਸਕਸ ਕਰਕੇ ਹਟੇ ਸੀ ਕਥਕਲੀ ਡਿਸਕਸ ਕੀਤਾ ਸੀ ਮੋਹਿਨੀ ਅਟਮ ਮੋਹਿਨੀ अटम डांस होम महाराष्ट्र लावणी लावणी डांस होम नखटा नखटा डांस होम कोली कोली डांस होम महाराष्ट्र ਦੇ ਵਿੱਚ ਠੀਕ ਹੈ ਜੀ ਨੈਕਸਟ ਹੈ ਗੋਲ ਇਨ ਕਲੱਬ ਗੋਲ ਇਨ ਕਲੱਬ ਯਾਨੀ ਕਿ ਰਾਉਂਡ ਰੈਵਿਊਸ਼ਨ ਕਿਸ ਦੇ ਨਾਲ ਜੁੜੀ ਹੋਈ ਹੈ ਤਾਂ ਇਹ ਆਲੂ ਪੋਟੈਟੋ ਪ੍ਰੋਡਕਸ਼ਨ ਦੇ ਨਾਲ ਜੁੜੀ ਹੋਈ ਠੀਕ ਹੈ ਬਾਗਬਾਨੀ ਬਾਗਬਾਨੀ ਹਾਰਟੀਕਲਚਰ ਆਪਾਂ ਡਿਸਕਸ ਕੀਤਾ ਸੀ ਇਹ ਜੁੜੀ ਹੋਈ ਹੈ 골ਡਨ ਰੈਵਲੂਸ਼ਨ ਤੇਲ ਦੇ ਬੀਜ ਯਾਨੀ ਕਿ ਆਇਲ ਸੀਡ ਆਇਲ ਸੀਡ ਪ੍ਰੋਡਕਸ਼ਨ ਦੇ ਨਾਲ ਯੈਲੋ ਰੈਵਲੂਸ਼ਨ ਯੈਲੋ ਰੈਵਲੂਸ਼ਨ ਕਪਾ ਕਪਾ ਦੇ ਨਾਲ ਕਿਹੜੀ ਰੈਵਲੂਸ਼ਨ ਹੈ ਤਾਂ ਕਪਾ ਦੇ ਨਾਲ ਹੈਗੀ ਹੈ 골ਡਨ ਫਾਈਬਰ 골ਡਨ ਫਾਈਬਰ ਕਪਾ ਦੇ ਨਾਲ ਸੋਰੀ ਕਪਾਹ ਦੇ ਨਾਲ ਸਿਲਵਰ ਫਾਈਬਰ ਕਪਾਹ ਦੇ ਨਾਲ ਸਿਲਵਰ ਫਾਈਬਰ ਔਰ ਜੂਟ ਦੇ ਨਾਲ 골ਡਨ ਫਾਈਬਰ ਕਪਾਹ ਦੇ ਨਾਲ ਸਿਲਵਰ ਫਾਈਬਰ ਔਰ ਜੂਟ ਦੇ ਨਾਲ ਹੈ 골ਡਨ ਫਾਈਬਰ ਠੀਕ ਹੈ ਜੀ ਅੱਜ ਦੇ ਲਈ ਬਸ ਇਨਾ ਹੀ ਆਈ ਹੋਪ ਤੁਹਾਨੂੰ ਸੈਸ਼ਨ ਪਸੰਦ ਆਇਆ ਹੋਵੇਗਾ ਸੈਸ਼ਨ ਨੂੰ ਕਾਈਂਡਲੀ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ ਔਰ ਸੈਸ਼ਨ ਨੂੰ ਪਸੰਦ ਆਇਆ ਤਾਂ ਲਾਈਕ ਜ਼ਰੂਰ ਕਰ ਦਿਓ ਥੈਂਕ ਯੂ ਫਾਰ ਵਾਚਿੰਗ ਦਾ ਸੈਸ਼ਨ ਗੁੱਡ ਬਾਏ